ਭਾਰਤ ਭੂਸ਼ਣ ਆਸ਼ੂ ਦੇ ਫੂਡ ਸਪਲਾਈ ਮੰਤਰੀ ਬਣਨ ਤੋਂ ਤੁਰੰਤ ਬਾਅਦ ਹੀ ਤਲਵੰਡੀ ਸਾਬੋ ਦੀ ਖਰੀਦ ਕੇਂਦਰ ਦਾ ਦੌਰਾ ਕੀਤਾ, ਆੜ੍ਹਤੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਹੱਲ ਕੀਤਾ ਅਤੇ ਕਿਹਾ ਕਿ ਭਵਿੱਖ ਵਿੱਚ ਕਿਸੇ ਵੀ ਕਿਸਾਨ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਏਗੀ। ਇਸ ਮੌਕੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਅਤੇ ਜ਼ਿਲ੍ਹਾ ਪੁਲਿਸ ਦੇ SSP ਨਵੀਨ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਟੁਕੜੀ ਨੇ ਸਲਾਮੀ ਦੇ ਕੇ ਉਹਨਾਂ ਦਾ ਤਲਵੰਡੀ ਸਾਬੋ ਪਹੁੰਚਣ ਤੇ ਭਰਪੂਰ ਸਵਾਗਤ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਭਵਿੱਖ ਵਿੱਚ ਕਿਸੇ ਵੀ ਕਿਸਾਨ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਏਗੀ ਅਤੇ ਜਲਾਲਾਬਾਦ ਦੇ ਗੁੰਡਾ ਟੈਕਸ ਬਾਰੇ ਉਹਨਾਂ ਗੱਲ ਕਰਦਿਆਂ ਕਿਹਾ ਕਿ ਉਸਦਾ ਹੱਲ ਕਰ ਦਿੱਤਾ ਗਿਆ, ਭਵਿੱਖ ਵਿੱਚ ਅਜਿਹੀ ਕੋਈ ਸਮੱਸਿਆ ਨਹੀਂ ਆਏਗੀ। ਇਸ ਮੌਕੇ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਦੀਪਰਵਾਲ ਲਾਕਰਾ ਸਮੇਤ ਫੂਡ ਸਪਲਾਈ ਦੇ ਸਮੁੱਚੇ ਅਫਸਰ ਮੌਜੂਦ ਸਨ। ਇਸ ਉਪਰੰਤ ਉਹਨਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ, ਜਿੱਥੇ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਮੰਡੀ ਪਹੁੰਚਣ ਤੇ ਮੰਤਰੀ ਜੀ ਦਾ ਸਵਾਗਤ ਕੀਤਾ। ਦੌਰਾ ਤਾਂ ਇਸ ਇਲਾਕੇ ਵਾਲੇ ਪਾਸੇ ਪਹਿਲਾਂ ਆਇਆ ਦੌਰਾ, ਕਿਉਂਕਿ ਪਤਾ ਚੱਲਿਆ ਸੀਗਾ ਪਿੱਛੇ ਜੇ ਕੁਛ ਪ੍ਰੋਬਲਮ ਹੈ, ਪਰ ਮੇਰੇ ਆਉਣ ਤੋਂ ਪਹਿਲਾਂ ਹੀ DC ਸਾਹਿਬ ਉਹਨਾਂ ਨੇ DFSC ਔਰ ਸਾਰੇ ਸਟਾਫ ਨੇ ਰਲ ਕੇ ਇੱਥੇ ਕਾਫੀ ਚੀਜ਼ਾਂ ਸੋਲਵ ਕਰ ਲਈਆਂ। ਕੁਛ ਮੰਡੀਆਂ ਦੇ ਵਿੱਚ ਹਾਲੇ ਵੀ ਪ੍ਰੋਬਲਮ ਹੈਗੀ ਹੈ, ਉਹ ਇਹਨਾਂ ਨੇ ਲਿਖ ਕੇ ਡਿਪਾਰਟਮੈਂਟ ਨੂੰ ਭੇਜ ਦਿੱਤਾ ਅਤੇ ਹੁਣੇ ਹੀ ਵਟਸਐਪ 'ਤੇ ਆਰਡਰ ਆ ਰਹੇ, ਉੱਥੇ ਵੀ ਏਜੰਸੀਆਂ ਚੇਂਜ ਹੋ ਜਾਣਗੀਆਂ। ਮੇਰਾ ਖਿਆਲ ਪ੍ਰੋਕਿਓਰਮੈਂਟ ਔਰ ਪੇਮੈਂਟ ਦੀ ਕੋਈ ਜ਼ਿਆਦਾ ਸਮੱਸਿਆ ਨਹੀਂ ਹੈ, ਇੱਕ ਲਿਫਟਿੰਗ ਦੀ ਥੋੜ੍ਹੀ ਜਿਹੀ ਸਮੱਸਿਆ ਹੈਗੀ ਹੈ FCI ਦੀ, ਨਾ ਕੋਈ ਬਾਹਰਦਾਨੇ ਦੀ, ਨਾ ਕੁਛ ਜਿੱਦਾਂ ਅਫਵਾਹਾਂ ਉਡਾਈਆਂ ਜਾ ਰਹੀਆਂ, ਇੱਡੀ ਕੋਈ ਸਮੱਸਿਆ ਨਹੀਂ ਹੈ। ਪਰ ਜਿਹੜੀ ਆ ਏਜੰਸੀ FCI ਵੱਲੋਂ ਆਈ ਹੈ ਉਹ ਏਜੰਸੀ ਬਦਲੀ ਜਾ ਰਹੀ ਹੈ, ਜਿਹੜੀਆਂ 3-4 ਮੰਡੀਆਂ ਦੇ ਵਿੱਚ ਅਸੀਂ ਹੁਣੇ ਹੀ ਲੇਲੇਵਾਲਾ ਅਤੇ ਲੱਥਿਆਲਾ ਅਤੇ ਉੱਥੇ ਦਾ ਜਿਹਨੂੰ ਜੇ ਕੋਈ ਹੋਰ ਵੀ ਸਮੱਸਿਆ ਆਉਂਦੀ ਹੈ ਉਹ ਅਸੀਂ ਬੈਠੇ ਹਾਂ ਇੱਥੇ ਸੁਣਨ ਨੂੰ, ਅਤੇ ਮੇਰੇ ਨਜ਼ਰੀ ਵੀ ਲਿਆਉਣਗੇ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਰੀ ਹੁਣ ਟੋਜ਼ ਹੈ, ਇੱਕ ਇੱਕ ਦਾਣਾ ਬੜੀ ਵਧੀਆ ਤਰੀਕੇ ਨਾਲ ਪ੍ਰੋਕਿਓਰ ਕੀਤਾ ਜਾਏਗਾ, ਕਿਸੇ ਨੂੰ ਪਰੇਸ਼ਾਨੀ ਆਉਣ ਨਹੀਂ ਦਿੱਤੀ ਜਾਏਗੀ। ਇਸੇ ਕਰਕੇ ਅਸੀਂ ਸਾਡੀ ਸਾਰੀ ਐਡਮਿਨਿਸਟ੍ਰੇਸ਼ਨ ਮੰਡੀਆਂ 'ਚ ਤੁਰੀ ਫਿਰਦੀ ਹੈ। ਅਸ਼ਵੀ, ਜਿਸ ਤਰ੍ਹਾਂ ਫਾਜ਼ਿਲਕਾ ਦੇ ਗੁੰਡਾ ਟੈਕਸ ਵਸੂਲ ਕੀਤਾ ਜਾ ਰਿਹਾ ਜੀ ਗੇਹੂੰ ਦੇ ਉੱਤੇ, ਤੁਹਾਡੇ ਧਿਆਨ 'ਚ ਵੀ ਆਇਆ ਮਾਮਲਾ ਕਿ ਇੱਦਾਂ ਫਾਜ਼ਿਲਕਾ ਵਾਲਾ ਜਿਹੜਾ ਸਪੈਸ਼ਲ ਕੇਸ ਜਲਾਲਾਬਾਦ ਆਇਆ ਸੀਗਾ, ਉਹ ਕੋਈ ਡਾਲਾ ਇਸ਼ੂ ਸੀਗਾ ਜਿਹਨੂੰ ਗੁੰਡਾ ਟੈਕਸ ਤੁਸੀਂ ਲੋਕ ਕਹਿ ਰਹੇ, ਉਹ ਸਾਰਾ ਦਿਨ ਉਸ ਤੋਂ ਅਗਲੇ ਦਿਨ ਮੈਡਮ ਸਾਡੇ DC ਵੀ ਮੰਡੀਆਂ 'ਚ ਰਹੇ ਹੈ, ਨਾਲ DFSC ਵੀ ਉਹ ਲੜਕੀ ਹੈ ਉਹ ਵੀ ਮੰਡੀਆਂ 'ਚ ਰਹੀ ਹੈ। ਉਹਨਾਂ ਨੇ ਸਾਰੇ ਸਟੇਕ ਹੋਲਡਰਸ ਨੂੰ, ਟਰਾਂਸਪੋਰਟਰਸ ਨੂੰ, ਲੇਬਰ ਨੂੰ, ਆੜ੍ਹਤੀ ਐਸੋਸੀਏਸ਼ਨ ਨੂੰ, ਸਭ ਨੂੰ ਬੁਲਾ ਕੇ ਕਲੀਅਰ ਕਰ ਦਿੱਤਾ। ਇੱਕ ਵੀ ਬੰਦਾ ਜੇ ਪਕੜਿਆ ਗਿਆ ਲਾਇਸੈਂਸ ਵੀ ਕੈਂਸਲ ਕਰਾਂਗੇ ਅਤੇ ਨਾਲ ਬੁੱਕ ਵੀ ਕਰਾਂਗੇ। ਜੀ ਠੀਕ ਹੈ, ਜਿਸ ਤਰ੍ਹਾਂ ਮੰਡੀ ਦੇ ਤੁਸੀਂ ਦੌਰਾ ਕਰ ਰਹੇ ਹੋ ਖਾਸ ਕਰਕੇ ਮੰਡੀ 'ਚ ਕਿਸਾਨਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ, ਇੱਕ ਤਾਂ ਉਹਨੂੰ ਪਾਣੀ, ਠੰਡਾ ਪਾਣੀ ਪੀਣ ਨੂੰ ਨਹੀਂ ਮਿਲ ਰਿਹਾ, ਇੱਕ ਟੋਇਲਟ ਦੀ ਕੁਛ ਪ੍ਰੋਬਲਮ ਹੈਗੀ, ਇੱਕ ਰਾਤ ਦੇ ਵਕਤ ਕਣਕ ਚੋਰੀ ਬਹੁਤ ਹੁੰਦੀ ਹੈ ਜੀ, ਕੋਈ ਸਕਿਉਰਟੀ ਗਾਰਡ ਵੀ ਹੈ ਨਹੀਂ, ਇਹ ਸਾਰੇ ਇਹ ਵੀ ਦੇਖ ਲੈਂਦੇ ਹਾਂ। ਵੈਸੇ ਮੰਡੀਆਂ ਦਾ ਮੰਡੀ ਬੋਰਡ ਵੱਲੋਂ ਇੰਤਜ਼ਾਮ ਹੁੰਦਾ, ਪਰ ਸਾਡਾ ਡਿਪਾਰਟਮੈਂਟ ਜਿੱਥੇ ਪਾਣੀ ਦੀ ਜਾਂ ਸ਼ੌਚਾਲਿਆ ਵਗੈਰਾ ਦੀ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਆਪ ਟੇਕ ਕੇਅਰ ਕਰਾਂਗੇ, ਕਿਸੇ ਨੂੰ ਪ੍ਰੋਬਲਮ ਆਉਣ ਨਹੀਂ ਦਿੰਦੇ, ਖਾਸ ਕਰ ਕਿਸਾਨ ਔਰ ਆੜ੍ਹਤੀਆਂ ਨੂੰ ਬਿਲਕੁਲ ਪ੍ਰੋਬਲਮ ਨਹੀਂ ਆਈ। ਪਹਿਲਾਂ ਜੀ ਉਹਨਾਂ ਨੇ ਮੰਤਰੀ ਬਣਨ ਤੋਂ ਬਾਅਦ ਅੱਜ ਤੁਸੀਂ ਜਿਹੜੇ ਫੂਡ ਸਪਲਾਈ ਮੰਤਰੀ ਅੱਜ ਤਲਵੰਡੀ ਸਾਬੋ ਪਹੁੰਚੇ ਨੇ, ਉਹਨਾਂ ਦੀ ਧਰਤੀ 'ਤੇ ਅਸੀਂ ਬਹੁਤ ਧੰਨਵਾਦ ਕਰਦੇ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਸਾਨੂੰ ਪਿਛਲੇ ਹਫ਼ਤੇ ਤੋਂ ਸਾਨੂੰ ਬਹੁਤ ਜਿਹੜੀ ਪਰਚੇਜ ਦੇ ਵਿੱਚ ਪ੍ਰੋਬਲਮ ਆ ਰਹੀ ਸੀ FCI ਵੱਲੋਂ ਜਾਂ ਪੰਜਾਬ ਐਗਰੋ ਵੱਲੋਂ, ਅੱਜ ਮੰਤਰੀ ਜੀ ਨੇ ਬੈਠ ਕੇ ਤਿੰਨੇ ਏਜੰਸੀਆਂ ਨਾਲ ਗੱਲਬਾਤ ਕਰਕੇ ਜਿਹੜੀ ਇਹ ਖਰੀਦ ਹੈ ਇਹ ਸਾਰੀ ਪਨਗਰੀ ਨੂੰ ਦਿੱਤੀ ਹੈ, ਅਤੇ ਜਿੰਨੀ ਵੀ ਬੋਲੀ ਹੈ ਤਲਵੰਡੀ ਸਾਬੋ ਦੀ ਕਣਕ ਦੀ ਸਾਰੀ ਇਹ ਪਨਗਰੀ ਪਰਚੇਜ ਕਰੂਗੀ, ਅਤੇ ਲਿਫਟਿੰਗ ਦਾ ਜਿਹੜਾ ਪ੍ਰਬੰਧ ਸੀ ਉਹ ਵੀ ਅੱਜ ਹੋ ਗਿਆ, ਲਿਫਟਿੰਗ ਨਾਲ ਦਿਨ ਸ਼ੁਰੂ ਹੋ ਗਈ ਹੈ, ਪੇਮੈਂਟਾਂ ਅੱਜ ਪੈ ਰਹੀਆਂ ਹੈਗੀਆਂ, ਦੋ ਏਜੰਸੀ ਨੇ ਪੈ ਗਈਆਂ, ਇੱਕ ਦੀ ਕਹਿੰਦੇ ਵੀ 3 ਵਜੇ ਤੱਕ ਪੇਮੈਂਟ ਪੈ ਜੂਗੀ, ਪੇਮੈਂਟ ਦਾ ਵੀ ਇਸ਼ੂ ਖਤਮ ਹੋ ਗਿਆ ਹੈ, ਲਿਫਟਿੰਗ ਦਾ ਵੀ ਖਤਮ ਹੋ ਗਿਆ ਹੈ, ਅਤੇ ਜਿਹੜਾ ਬੋਲੀ ਵਾਲਾ ਕੰਮ ਸੀਗਾ ਉਹ ਵੀ ਨਿਬੜ ਗਿਆ, ਹੁਣ ਜਿਹੜੀ ਸਾਰੀ ਪਰਚੇਜ ਤਲਵੰਡੀ ਸਾਬੋ ਦੀ ਪਨਗਰੀ ਨੂੰ ਕਰੂਗੀ। ਅਸੀਂ ਮੰਤਰੀ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਇਸ਼ੂ ਸਾਰੇ ਸੋਲਵ ਕਰਤੇ, ਅਤੇ ਅੱਗੇ ਤੋਂ ਵੀ ਕਹਿੰਦੇ ਜੇ ਕੋਈ ਪ੍ਰੋਬਲਮ ਹੋਈ ਤਾਂ ਪਰਸਨਲੀ ਨੰਬਰ ਦੇ ਕੇ। ਪਹਿਲਾਂ ਤੁਸੀਂ ਧਰਨਾ ਦੇ ਕੇ ਸ਼ੁਰੂ ਕਰਾਈ ਸੀਗੀ, ਹੁਣ ਤਾਂ ਨਹੀਂ ਕੋਈ ਸਮੱਸਿਆ ਸੁਣੂ ਆ ਰਹੀ? ਇਹ ਜੀ ਪਹਿਲਾਂ FCI ਦੀ ਪ੍ਰੋਬਲਮ ਸੀਗੀ, FCI ਨੇ ਇਹ ਜਿਹੜੀ ਪਰਚੇਜ ਕਰਨੀ ਨਹੀਂ ਸੀਗੀ ਤਾਂ ਤੰਗ ਕਰ ਰਹੀ ਸੀਗੀ, ਹੁਣ FCI ਜਿਹੜੀ ਪਰਚੇਜ ਖਤਮ ਕਰਤੀ ਹੈ, ਹੁਣ ਜਿਹੜੀ ਆਪਣੀ ਪੰਜਾਬ ਦੀ ਏਜੰਸੀ ਪਨਗ੍ਰੇਨ ਲਾਤੀ ਹੈ, ਜਿਹੜੀ ਜਿੰਨੀ ਵੀ ਪ੍ਰੋਕਿਓਰਮੈਂਟ ਸਾਰੀ ਹੁਣ ਉਹ ਪਨਗ੍ਰੇਨ ਸਾਂਭੂਗੀ, ਜਿਹੜੀ ਮੰਡੀ 'ਚ ਕੋਈ ਸਾਨੂੰ ਦਿੱਕਤ ਨਹੀਂ ਆ ਰਹੀ। ਮੋੜ ਮੰਡੀ ਤੋਂ ਕੈਮਰਾਮੈਨ ਪ੍ਰਕਾਸ਼ ਦੇ ਨਾਲ ਰਾਕੇਸ਼ ਕੁਮਾਰ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।